ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ, ਮੈਂ ਟਿਪਸ 'ਤੇ ਗਿਣਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਖਾਧੀ ਹੈ, ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ। ਦੇਖੋ, ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੁਕਿਆ ਛੁਪਿਆ ਨਹੀਂ। ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ 'ਚ ਪੰਜਾਬੀਆਂ ਦੀਆਂ। ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ, ਭੁੱਖਮਰੀ ਸੀ, ਅਕਾਲ ਪੈ ਜਾਂਦੇ ਸੀ, ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਾਹੀਂ ਪੰਜਾਬ ਨੇ ਕੀਤਾ, ਅਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਕਿ ਕਈ ਸਾਲਾਂ ਲਈ ਅਸੀਂ ਸੇਫ ਹਾਂ। ਬਲਕਿ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ, ਹੁਣ ਅਸੀਂ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਛ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ, ਅਤੇ ਉਸ ਪੰਜਾਬ ਨੂੰ ਤਾਂ ਘੱਟੋ ਘੱਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ। ਪਰ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ। ਸੋ ਇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ, ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ, ਕਿਉਂਕਿ ਇਹਨਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਨਾ। ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ 'ਚ ਕੱਢ ਦਿੰਦੇ, 26 ਜਨਵਰੀ 'ਚ ਸਾਡੀ ਝਾਕੀ ਕੱਢ ਦਿੰਦੇ, ਬਾਬਾ ਮਤਲਬ ਰਿਜੈਕਟ ਕਰ ਦਿੰਦੇ। RDF ਦਾ ਸਾਡਾ ਪੈਸਾ ਰੋਕੀ ਬੈਠੇ ਹੈ ਲਗਭਗ 6,000 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੋਕੀ ਬੈਠੇ ਹੈ, GST 'ਚ ਸਾਨੂੰ ਹਿੱਸਾ ਨਹੀਂ ਦਿੰਦੇ। ਜਦੋਂ ਕਿਤੇ ਕੋਈ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਮਿੰਟ 'ਚ। ਫਿਰ ਉੱਥੇ ਕੀ ਜਾ ਕੇ ਕਰਾਂਗੇ ਜੀ, ਉੱਥੇ ਕਾਹਦੇ ਵਾਸਤੇ, ਉੱਥੇ ਸਾਨੂੰ ਬੁਲਾ ਕੇ ਅਤੇ ਉੱਥੇ ਖੱਜਲ ਖੁਆਰ ਕਰਨਗੇ। ਬਜਟ ਦੇ ਵਿੱਚ ਦੇਖ ਲਓ ਤੁਸੀਂ, ਬਜਟ ਦੇ ਵਿੱਚ ਪੰਜਾਬ 3 ਅੱਖਰਾਂ ਦਾ ਸੂਬੇ ਦਾ ਨਾਮ, 3 ਅੱਖਰਾਂ ਬਜਟ 'ਚ ਪੰਜਾਬ ਨਾਂ ਦਾ ਲਫਜ਼ ਨਹੀਂ ਬੋਲਿਆ ਗਿਆ, ਪੰਜਾਬ ਇਕੱਲਾ। ਕਿ ਚਲੋ ਐਂ ਕਹਿ ਦਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਇੱਕ ਟ੍ਰੇਨ ਜਾਣੀ ਹੈ ਜਿਹੜੀ ਵਾਇਆ ਪੰਜਾਬ ਜਾਊਗੀ, ਪੰਜਾਬ ਹੀ ਕਹਿ ਦਿੰਦੇ ਕਿਤੇ ਨਾ ਕਿਤੇ। ਨਾ, ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ। ਕੁਛ ਦੇਣਾ ਤਾਂ ਬਾਅਦ ਦੀ ਗੱਲ ਹੈ, 47% ਅਸੀਂ ਫੁੱਟਬਾਲ 'ਚ ਹਿੱਸਾ ਪਾਉਂਦੇ ਹਾਂ। ਹਾਂ, ਇੰਨਾ ਬਹੁਤ ਵਧੀਆ ਬੋਲਿਆ ਗਿਆ, 80 ਕਰੋੜ ਲੋਕੋਂ ਕੋ ਹਮ ਰਾਸ਼ਨ ਦੇਂਗੇ। ਉਹ ਰਾਸ਼ਨ ਕਿੱਥੋਂ ਆਉਂਦਾ ਜੀ? ਉਹ ਪੰਜਾਬ ਦਿੰਦਾ।
ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ। ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਬੋਲਿਆ ਗਿਆ, ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ। 532 ਕਿਲੋਮੀਟਰ ਸਰਹੱਦ ਲੱਗਦੀ ਹੈ, ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ 'ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇੜੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ। ਕੋਈ ਪੈਸਾ ਨਹੀਂ, ਕੋਈ ਬਜਟ ਨਹੀਂ। ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ, ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰਦੀ, ਪੰਜਾਬ ਦੀ ਪੁਲਿਸ ਹੈ 30% ਪੁਲਿਸ, 30-35% ਪੁਲਿਸ ਨੈਸ਼ਨਲ ਲੈਵਲ 'ਤੇ ਜਾਂ ਬਾਰਡਰ 'ਤੇ ਕੰਮ ਕਰ ਰਹੀ। ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ, ਇੰਨੇ ਹਜ਼ਾਰ ਕਰੋੜ ਦੇਵਾਂਗੇ, ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਵੱਜਦੀ ਹੈ। ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ ਤੇ ਲਾਤਾ। ਇਹ ਆਂਧਰਾ ਪਹਿਲਾਂ ਕਿਉਂ ਨਹੀਂ ਯਾਦ ਆਇਆ? ਜਦੋਂ ਮੈਂ MP ਸੀਗਾ ਇਹੀ ਆਂਧਰਾ ਦੇ TDP ਦੇ ਜਿਹੜੇ MP ਸੀ ਇਹਨਾਂ ਨੇ ਘੱਟੋ ਘੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਅਦਾ ਕਰਕੇ ਗਏ ਸੀਗੇ ਅਤੇ ਤੁਸੀਂ ਪੂਰਾ ਨਹੀਂ ਕੀਤਾ, ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ, ਇਸ ਕਰਕੇ ਕੋਈ ਪ੍ਰੋਬਲਮ ਨਹੀਂ। ਹੁਣ ਉਹਨਾਂ ਬਿਨਾਂ ਸਰਦਾ ਨਹੀਂ, ਹੁਣ ਦੇਤਾ। ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲਉਂਗੇ? ਇੰਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ, ਜਿਹੜੀ ਸਟੇਟ 'ਚੋਂ BJP ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਸ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ? ਪੰਜਾਬ ਨਾਲ ਵੀ ਇਹੀ ਕਰ ਰਹੇ ਨੇ। ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀ ਆਯੋਗ 'ਚ? ਇਦੋਂ ਪਹਿਲਾਂ ਵੀ ਗਿਆ ਨੀਤੀ ਆਯੋਗ 'ਚ, ਬੋਲਿਆ ਉਹ ਰੁਪਈਆ ਨਹੀਂ ਦਿੰਦੇ ਜੀ। ਸੋ ਇਸ ਕਰਕੇ ਇੰਡੀਆ ਅਲਾਇੰਸ ਨੇ ਜੋ ਫੈਸਲਾ ਕੀਤਾ, ਜਿੰਨੇ ਮੁੱਖ ਮੰਤਰੀ ਇੰਡੀਆ ਅਲਾਇੰਸ ਦੇ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ। ਔਰ ਬਜਟ ਦੇ ਵਿੱਚ ਵੀ ਕੱਲ੍ਹ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਅੰਦਰ ਵੀ, ਪਾਰਲੀਮੈਂਟ ਦੇ ਬਾਹਰ ਵੀ, ਕਿ ਕੁਰਸੀ ਬਚਾਓ ਬਜਟ ਹੈ। ਫਾਈਨਾਂਸ ਕਮਿਸ਼ਨਰ ਆਏ ਸੀਗੇ 3 ਦਿਨ ਪਹਿਲਾਂ, ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦੇਤੀ ਕਿ ਜੀ ਆਹ ਸਾਡਾ ਜਿਹੜਾ ਸਟੇਟਸ ਹੈ ਅਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ, ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਤਾਂ ਲਗਭਗ ਹਰ 1 ਜਾਂ 2 ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਿਰੰਗੇ 'ਚ ਲਾਸ਼ ਲਿਫਟ ਕੇ ਆਉਂਦੀ ਹੈ, ਚਾਹੇ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ, ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ, ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ, ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ। ਅਸੀਂ ਤਾਂ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਅਤੇ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ 'ਚੋਂ ਵੀ ਕੱਢੀ ਜਾਂਦੇ ਹੋ। ਸੋ ਇਧਰਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ 'ਤੇ, ਇਧਰਲੇ ਪਾਸੇ ਤਾਰ ਲੱਗੀ ਹੋਈ ਹੈ ਪਾਕਿਸਤਾਨ ਵਾਲੇ ਬਾਰਡਰ 'ਤੇ, ਇੱਧਰ ਚੀਨ ਹੈ, ਚਾਰੇ ਪਾਸੇ ਸਾਨੂੰ ਲੌਕ ਕਰਕੇ ਕਹਿੰਦੇ ਲੈ ਹੁਣ ਤਰੱਕੀ ਕਰਕੇ ਦਿਖਾਓ। ਮੈਂ ਇੰਡਸਟਰੀ ਵਾਲਿਆਂ ਕੋਲ ਜਾਂਦਾ, ਇੰਡਸਟਰੀ ਵਾਲੇ ਕਹਿੰਦੇ ਜੀ ਬਹੁਤ ਦਿਲ ਕਰਦਾ ਪੰਜਾਬ ਮੇ ਕਾਮ ਕਰਨੇ ਕੇ ਲੀਏ, ਲੇਕਿਨ ਕਠੂਆ ਜਾਣੇ ਮੇਂ ਫਾਇਦਾ ਹੈ, ਵਹਾਂ ਪੇ
हमें टैक्स में छूट मिलती है, बदी जाने में फायदा है, छूट मिलती है। जे तुसी जम्मू कश्मीर ते हिमाचल नूं दे सकदे हो स्पैशल पैकेज, तो पंजाब नूं क्यों नहीं दिंदे जी? असी भी तो लैंड लॉक स्टेट ही है ना। हालांकि मेरी पूरी तैयारी है, मैनूं अज कह देण, मैं प्रधानमंत्री मेरे सामने बह जाण, मैं टिप्स ते गिणा दूंगा कि असी कित्थे कित्थे मार खाधी है, सानूं कित्थे कित्थे रगड़े पए ने। ਤੁਸੀਂ ਹੈਰਾਨ ਹੋ ਜਾਓਗੇ, ਜੋ ਦੀਨਾਨਗਰ ਪਠਾਨਕੋਟ ਅਟੈਕ ਹੋਏ, ਮੈਂ ਉਦੋਂ ਐਮ ਪੀ ਸੀ, 7.5 ਕਰੋੜ ਰੁਪਈਆ ਇੱਥੇ ਪੈਰਾਮਿਲਟਰੀ ਭੇਜਣ ਦਾ ਖਰਚਾ ਪਾਤਾ ਸਾਨੂੰ ਪੰਜਾਬ ਨੂੰ, ਕਿ 7.5 ਕਰੋੜ ਰੁਪਇਆ ਦਿਓ ਜੀ, ਅਸੀਂ ਪੈਰਾਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵਾਸਤੇ ਪਠਾਨਕੋਟ। ਤਾਂ ਮੈਂ ਆਪਣੇ ਕੁਲੀਗ ਸੀਗੇ ਮੇਰੇ ਫਰੀਦਕੋਟ ਤੋਂ ਐਮ ਪੀ ਪ੍ਰੋਫੈਸਰ ਸਾਧੂ ਸਿੰਘ ਜੀ, ਮੈਂ ਉਹਨਾਂ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ, ਮੈਂ ਕਿਹਾ ਜੀ ਇੱਕ ਬੇਨਤੀ ਕਰਨੀ ਹੈ, ਸਾਡੇ ਐਮ ਪੀ ਲੈਟ ਚੋਂ ਕੱਟ ਲਓ ਜੀ, ਸਾਨੂੰ 5 ਕਰੋੜ ਰੁਪਇਆ ਇੱਕ ਸਾਲ ਦਾ ਇੱਕ ਐਮ ਪੀ ਨੂੰ ਮਿਲਦਾ, 7.5 ਕਰੋੜ ਰੁਪਇਆ ਸਾਡੇ ਐਮ ਪੀ ਲੈਟ ਚੋਂ ਕੱਟ ਲਓ ਜੀ, ਹੋਰ ਸਾਡੇ ਕੋਲ ਅਸੀਂ ਹੁਣ ਕਿੱਥੋਂ ਦੇ ਦਈਏ? ਮਤਲਬ ਪੰਜਾਬ ਨੂੰ ਮਿਲਟਰੀ ਵੀ ਕਿਰਾਏ 'ਤੇ ਮਿਲਦੀ ਹੈ ਜੀ। ਅੱਛਾ, ਜਦੋਂ ਉਹ ਅਟੈਕ ਕਰਨ ਆਏ ਸੀਗੇ ਦੀਨਾਨਗਰ ਜਾਂ ਪਠਾਨਕੋਟ, ਪੰਜਾਬ 'ਤੇ ਅਟੈਕ ਕਰਨ ਆਏ ਸੀ? ਉਹ ਤਾਂ ਦਿੱਲੀ ਜਾਣ ਨੂੰ ਫਿਰਦੇ ਸੀ, ਪੰਜਾਬ 'ਚ ਤਾਂ ਅਸੀਂ ਰੋਕਦੇ ਹਾਂ ਉਹਨਾਂ ਨੂੰ, ਪੰਜਾਬ ਤਾਂ ਹਿੱਕ ਡਾ ਕੇ ਉਹਨਾਂ ਨੂੰ ਮੂਹਰੇ ਖੜਦਾ, ਅਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ। ਪੰਜਾਬ ਪੁਲਿਸ ਸਾਡੀ ਬਾਰਡਰਾਂ 'ਤੇ ਕੰਮ ਕਰ ਰਹੀ ਹੈ, ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ। ਸੋ ਇਹ ਤਾਂ ਉਹ ਗੱਲ ਹੈ ਕਿ ਸਮੁੰਦਰ 'ਚੋਂ ਮੋਤੀ ਵੀ ਲੱਭ ਕੇ ਲਿਆਓ ਅਤੇ ਭੇਜਣਾ ਵੀ ਨਹੀਂ, ਗਿੱਲੇ ਵੀ ਨਹੀਂ ਹੋਣੇ ਚਾਹੀਦੇ ਤੁਸੀਂ। ਸੋ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਜਸਟ ਇੱਕ ਫੋਰਮੈਲਿਟੀ ਹੈ, ਅਸੀਂ ਉਸ ਬੈਠਕ ਦਾ ਬਾਈਕਾਟ ਕਰਨ ਲੱਗੇ ਹਾਂ, ਉਹ ਕੋਈ ਉਮੀਦ ਨਹੀਂ। ਹਾਂ, ਪੰਜਾਬ ਨੂੰ ਖੜ੍ਹਾ ਕਰਨਾ, ਪੈਰਾਂ ਸਿਰ ਕਰਨਾ, ਅਸੀਂ ਆਪਣੀ ਮਿਹਨਤ ਨਾਲ ਕਰਾਂਗੇ, ਅਸੀਂ ਆਪਣੇ ਸੋਰਸਿਸ ਰਿਸੋਰਸਿਸ ਸਾਰੇ ਵਰਤਾਂਗੇ, ਅਤੇ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਲੀ ਹੋਣ ਦੇਣਾ, ਪਰ ਅਸੀਂ ਇਹਨਾਂ ਤੋਂ ਭੀਖ ਥੋੜ੍ਹੀ ਮੰਗ ਰਹੇ ਹਾਂ, ਹੱਕ ਮੰਗ ਰਹੇ ਹਾਂ, ਅਤੇ ਅਸੀਂ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੋਲਿਸੀਜ਼ ਲੋਕ ਹਿੱਤ ਲੈ ਕੇ ਆਵਾਂਗੇ, ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਟੈਕਸ ਦੇ ਪੈਸੇ ਦਾ ਮੁੱਲ ਵੀ ਮਿਲੂਗਾ, ਅਤੇ ਨਾਲ ਦੀ ਨਾਲ ਪੰਜਾਬ ਜਿਹੜਾ ਉਹਨੂੰ ਕਰਜ਼ੇ ਤੋਂ ਮੁਕਤ ਵੀ ਕਰਨਾ, ਘਟਾਉਣਾ ਵੀ ਹੈ, ਸਾਰਾ ਸਾਡੇ ਕੋਲ ਨਕਸ਼ਾ ਬਣਿਆ ਪਿਆ।